ਤੁਹਾਡਾ ਕੀ ਨਾਂ ਹੈ ਜੀ? ਸਰ ਸ਼ਿਵਿੰਦਰ। ਥੋੜ੍ਹੀ ਜ਼ੋਰ ਦੀ ਬੋਲੋ। ਸ਼ਿਵਿੰਦਰ ਸਰ। ਸ਼ਿਵਿੰਦਰ, ਹਾਂਜੀ। ਕਿੰਨੀ ਦੇਰ ਹੋ ਗਈ ਤੁਹਾਨੂੰ ਬਣਾਉਂਦੇ ਇਹਨੂੰ? ਇਸ ਚੀਜ਼ ਨੂੰ ਬਣਾਉਂਦੇ 6 ਮਹੀਨੇ ਹੋ ਗਏ ਨੇ ਸਰ। ਇਹ ਕੀ ਬਣਾਇਆ? ਸਟੋਰੀ ਹੈ, ਪੂਰੀ ਕਥਾ ਹੈ ਬਾਬਾ ਬਾਲਕ ਨਾਥ ਜੀ ਦੀ ਸਟਾਰਟਿੰਗ ਤੋਂ। ਤੁਹਾਨੂੰ ਯਾਦ ਆ ਥੋੜ੍ਹੀ ਜਿਹੀ, 4 ਲਾਈਨਾਂ ਬੋਲੀਓ। ਸਰ ਇੱਦਾਂ ਥੋੜ੍ਹਾ ਮੁਸ਼ਕਿਲ ਹੋ ਜਾਂਦਾ, ਮੈਂ ਡਿਸਪਲੇ ਕਰਨ ਦੀ ਕੋਸ਼ਿਸ਼ ਕੀਤੀ ਵਿਜੂਅਲੀ, ਵਰਡਸ ਦੇ ਵਿੱਚ ਮੈਂ ਵਧੀਆ ਨਹੀਂ ਹੈ, ਪਰ ਜਿਵੇਂ ਤੋਤਾ ਕਥਾ ਸੁਣੇ ਫਿਰ ਉੜ ਗਿਆ, ਫਿਰ ਅੱਗੇ ਉਹ ਸੁਖਮਨੀ ਦੇਵ ਜੀ ਨੇ ਜਨਮ ਲਿੱਤਾ, ਫਿਰ ਬਾਬਾ ਬਾਲਕ ਨਾਥ ਜੀ ਨੇ ਗੁਜਰਾਤ ਦੇ ਵਿੱਚ, ਫਿਰ ਸ਼ਿਕਸ਼ਾ ਗ੍ਰਹਿਣ ਕੀਤੀ, ਫਿਰ ਅੱਗੇ ਮਾਤਾ ਰਤਨੋ ਭੈਰਵ ਨਾਥ ਜੀ ਨੇ ਜਦੋਂ ਕੰਨ 'ਚ ਮੁੰਦਰਾਂ ਪਾਈਆਂ, ਅਤੇ ਇੱਧਰ ਗੁਫਾ ਦੇ ਵਿੱਚ ਜਦੋਂ ਆਪਣਾ ਡੇਰਾ ਲਾਇਆ ਅਤੇ ਰਾਕਸ਼ਸ ਨੂੰ ਬਾਹਰ ਕੱਢਿਆ ਅਤੇ ਆਪਣਾ ਸਿੰਘਾਸਨ ਲਿਆ, ਅਤੇ ਉੱਪਰ ਭਰਥਰੀ ਨਾਥ ਜੀ ਦਾ ਮੰਦਰ ਹੈ। ਅੱਛਾ, ਇਹਨਾਂ ਦੀ ਦੇਖ ਰੇਖ ਕਰਨ ਵਾਸਤੇ ਬੀਬੀ ਜੀ ਇੰਗਲੈਂਡ ਤੋਂ ਆਏ ਸੀਗੇ? ਅਤੇ ਉਹ ਇੱਥੇ ਹੀ ਨੇ। ਕੀ ਨਾਂ ਉਹਨਾਂ ਦਾ? ਮਾਤਾ ਜੀ ਦਾ ਨਾਮ ਹੈ
ਸੌਰੀ ਆਊਟ ਆਫ ਦ ਮਾਈਂਡ ਬਾਬਾ ਜੀ ਦਾ ਨਾਮ ਹੈ ਤਰਲੋਚਨ ਸਿੰਘ ਜੀ ਤਰਲੋਚਨ ਸਿੰਘ ਜੀ ਹਾਂਜੀ ਤੇ ਮਾਤਾ ਕਵਲਜੀਤ ਕੌਰ ਹਿਮਾਚਲ ਵੀ ਇਹਨਾਂ ਦਾ ਹੈ ਕਹਿੰਦਾ ਹਾਂਜੀ ਹੁਣ ਇਹਨਾਂ ਨੇ ਨਵਾਂ ਸਟਾਰਟ ਕੀਤਾ ਉੱਥੇ ਗੁਫਾ ਦੇ ਵਿੱਚ ਹਾਂਜੀ ਚੇਤ ਮਹੀਨਾ ਬਾਬਾ ਜੀ ਦਾ ਹੀ ਚੱਲ ਰਿਹਾ ਨਾ ਅੱਛਾ ਜੀ ਅੱਛਾ ਤੇ ਉਹ 21 ਦਿਨ ਲੰਗਰ ਚੱਲੇਗਾ ਉੱਥੇ ਤੇ ਫਿਰ ਉੱਥੇ ਹੀ ਕਰਨਗੇ ਥੋੜ੍ਹੀ ਦੇਰ ਬਹੁਤ ਹੀ ਸੁੰਦਰ ਬਹੁਤ ਹੀ ਜ਼ਬਰਦਸਤ ਬਣਾਇਆ ਮਿਹਰਬਾਨੀ ਜੈ ਬਾਬਾ ਜੀ